ਹੇ ਗਾਈਸ, ਸਤਿ ਸ਼੍ਰੀ ਅਕਾਲ। ਕੀ ਹਾਲ ਸਭ ਦਾ? ਗਾਈਸ, ਅੱਜ ਮੈਂ ਸਟਿਲਲਾਈਫ ਜਿਹੜੀ ਹੈਗੀ ਹੈ ਸਟਾਰਟ ਕੀਤੀ ਸੀ, ਉਹ ਪੂਰੀ ਕਰ ਦੇਣੀ ਹੈ। ਗਾਈਸ, ਇਹ ਸਟਿਲਲਾਈਫ ਨੂੰ ਨਾ ਬੜਾ ਘੱਟ ਟਾਈਮ ਲਗਾਇਆ ਮੈਂ, ਬਹੁਤ ਜ਼ਿਆਦਾ ਟਾਈਮ ਨਹੀਂ ਲਗਾਇਆ। ਜਿਵੇਂ ਤੁਸੀਂ ਕਹਿ ਲਓ ਕਿ ਮੈਂ ਘੰਟਿਆਂ ਦੇ ਘੰਟੇ ਲਗਾਤੇ ਹੋਣਗੇ, ਬਹੁਤ ਜ਼ਿਆਦਾ ਨੇ, ਹੱਦ 1.5 ਤੋਂ 2 ਘੰਟੇ। ਠੀਕ ਹੈ, ਜਿਹੜਾ ਮੈਂ ਆ ਸਪੂਨ ਬਣਾਇਆ ਵਾ, ਫੋਕ ਬਣਾਇਆ ਵਾ, ਠੀਕ ਹੈ, ਤਾਂ ਇਹਨੂੰ ਹਾਰਡਲੀ ਮਤਲਬ ਮਸਾਂ ਹੀ 30 ਮਿੰਟ ਲੱਗੇ ਹੋਣਗੇ, ਅੱਧਾ ਘੰਟੇ 'ਚ ਇਹ ਬਣਾਇਆ ਹੈ। ਠੀਕ ਹੈ, ਤਾਂ ਕਿਉਂ ਮਤਲਬ ਕਿ ਇੰਨੀ ਛੇਤੀ ਕਿਉਂ ਬਣ ਗਿਆ? ਕਿਉਂਕਿ ਮੈਂ ਇਹ 'ਚ ਬਲੈਂਡਿੰਗ ਕੀਤੀ ਹੋਈ ਹੈ, ਠੀਕ ਹੈ, ਔਰ ਇਹ ਓਬਜੈਕਟ ਬੜਾ ਛੋਟਾ ਹੈ, ਇਸ ਲਈ ਜਿਹੜੀ ਮੈਂ ਦੋਨੋਂ ਓਬਜੈਕਟ ਬਣਾਏ ਬੜੇ ਛੋਟੇ, ਬਹੁਤ ਵੱਡੇ ਨਹੀਂ ਬਣਾਏ, ਮਤਲਬ ਕਿ ਇਸ ਲਈ ਥੋੜ੍ਹਾ ਜਿਹਾ ਘੱਟ ਟਾਈਮ ਲੱਗਿਆ। ਠੀਕ ਹੈ, ਤਾਂ ਇੱਦਾਂ ਤੁਸੀਂ ਵੀ ਨਾ, ਜਿੱਦਾਂ ਤੁਸੀਂ ਆਪਣਾ ਸਟੱਡੀ ਕਰਨੀ ਆ, ਸ਼ੇਡਿੰਗ ਕਰਨੀ ਹੈ, ਡਿਟੇਲਿੰਗ, ਤੁਹਾਡਾ ਵੱਡੀ ਚੀਜ਼ ਨੂੰ ਛੇਤੀ ਤੁਸੀਂ ਨਹੀਂ ਕਰ ਪਾਉਂਦੇ, ਹੈ ਨਾ, ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਕਰ ਪਾਉਂਦੇ, ਤੁਹਾਡਾ ਸਟੈਮਿਨਾ ਹੈ ਉਹ ਘੱਟ ਹੈ, ਛੋਟੀਆਂ ਛੋਟੀਆਂ ਚੀਜ਼ਾਂ ਉਠਾਓ, ਠੀਕ ਹੈ, ਉਹਨਾਂ ਦੀ ਡਿਟੇਲਿੰਗ ਕਰੋ, ਉਹਨਾਂ ਦੀ ਪੂਰਾ ਮਤਲਬ ਕਿ ਡਿਟੇਲਿੰਗ ਕਰਨ 'ਚ ਉਹਨਾਂ ਟਾਈਮ ਵੀ ਬਹੁਤ ਘੱਟ ਲੱਗਦਾ ਔਰ ਈਜ਼ੀਲੀ ਹੋ ਵੀ ਜਾਂਦੀ ਹੈ, ਹੈ ਨਾ, ਹੋਵੇ ਚਾਹੇ ਨਾ ਹੋਵੇ, ਪਰ ਤੁਸੀਂ ਸਟਾਰਟ ਕੋਸ਼ਿਸ਼ ਕਰੋ, ਤਾਂ ਉਹਦੇ ਨਾਲ ਕੀ ਹੈ ਕਿ ਬਹੁਤ ਈਜ਼ੀ ਔਰ ਬਹੁਤ ਜਲਦੀ ਬਣ ਜੂਗਾ, ਔਰ ਤੁਸੀਂ ਅੱਕੋਗੇ ਨਹੀਂ। ਅੱਕੋ ਇਨ ਦਾ ਸੈਂਸ ਕਿ ਤੁਸੀਂ ਜਿਵੇਂ ਹਿੰਦੀ 'ਚ ਕਹਿੰਦੇ ਕਿ ਪੱਕ ਗਿਆ ਮੈਂ ਤਾਂ, ਹੈ ਨਾ, ਵੀ ਇਹ ਬਣਾ ਬਣਾ ਕੇ ਵੀ ਇੰਨਾ ਟਾਈਮ ਲੱਗ ਰਿਹਾ ਵਾ, ਕਿਉਂਕਿ ਕਈਆਂ ਦੀ ਹੁੰਦੀਆਂ ਨੇ ਕਿ ਟਾਈਮਿੰਗ ਦੀ ਬੜਾ ਹੁੰਦਾ ਹੈ ਸਭ ਨੂੰ, ਕਿ ਬਹੁਤ ਜ਼ਿਆਦਾ ਟਾਈਮ ਨਹੀਂ ਦਿੰਦੇ, ਦੇ ਪਾਉਂਦੇ ਕਈ ਆਪਣੇ ਆਰਟ ਵਰਕ ਨੂੰ, ਬਹੁਤ ਜਲਦੀ ਜਲਦੀ 'ਚ ਹੁੰਦੇ ਆ ਕਿ ਨਿਬੇੜਨਾ, ਕਿ ਖਤਮ ਕਰਨਾ ਹੈ। ਠੀਕ ਹੈ, ਤਾਂ ਕਈਆਂ ਦੀ ਪੇਸ਼ੈਂਸ ਬਹੁਤ ਘੱਟ ਹੁੰਦੀ ਆ, ਤੋ ਇਹ ਚੀਜ਼ ਅਪਲਾਈ ਕਰਨ ਕਿ ਛੋਟੀਆਂ ਛੋਟੀਆਂ ਚੀਜ਼ਾਂ 'ਚ ਉਠਾਉਣ, ਉਹਨਾਂ ਦੀ ਡਿਟੇਲਿੰਗ ਕਰਨ, ਔਰ ਛੋਟੇ ਛੋਟੇ ਓਬਜੈਕਟ ਮਤਲਬ ਸਟਿਲਲਾਈਫ 'ਚ ਛੋਟੇ ਛੋਟੇ ਓਬਜੈਕਟ ਰੱਖਣ, ਉਹਨਾਂ ਨੂੰ ਬਣਾਉਣ। ਠੀਕ ਹੈ, ਤਾਂ ਇਸ ਤੋਂ ਜਿੰਨੀ ਤੁਸੀਂ ਸਟਿਲਲਾਈਫ ਬਣਾਓਗੇ, ਜਿੰਨੀ ਜ਼ਿਆਦਾ ਸਕੈਚਿੰਗ ਕਰੋਗੇ, ਜਿੰਨੀ ਜ਼ਿਆਦਾ ਸਟਿਲਲਾਈਫ 'ਚ ਸਟੱਡੀ ਕਰੋਗੇ, ਉਨਾ ਹੀ ਤੁਹਾਡੇ ਵਰਕ 'ਚ ਇੰਪਰੂਵਮੈਂਟ ਆਊਗੀ। ਠੀਕ ਹੈ, ਇਹ ਗੱਲ ਮਤਲਬ ਕਿ ਪੱਕੀ ਹੈ, ਕਿਉਂਕਿ ਮੈਂ ਬਹੁਤ ਸਟਿਲਲਾਈਫਸ ਕੀਤੀਆਂ, ਮੈਂ ਹਜੇ ਤੱਕ ਸਟਿਲਲਾਈਫ ਕਰਦਾ ਹੈ। ਠੀਕ ਹੈ, ਤਾਂ ਸਟਿਲਲਾਈਫ ਕਦੇ ਵੀ ਨਾ ਛੱਡਿਓ, ਬਹੁਤ ਬਹੁਤ ਵਧੀਆ ਮੀਡੀਅਮ ਆ, ਅਤੇ ਬਹੁਤ ਮਤਲਬ ਕਿ ਬੇਸਿਕ ਹੈ ਇਹ, ਤਾਂ ਹੀ ਤਾਂ ਹੁਣ ਐਂਟਰੈਂਸ ਐਗਜ਼ਾਮ 'ਚ ਤੁਹਾਡਾ ਸਟਿਲਲਾਈਫ ਦਾ ਟੈਸਟ ਲੈਂਦੇ, ਕਿਉਂਕਿ ਇਹ ਬੇਸਿਕ ਆ, ਇਹ 'ਚ ਸਾਰੀ ਤੁਹਾਡੀ ਡਰਾਇੰਗ ਦਾ ਵੀ ਪਤਾ ਲੱਗ ਜਾਂਦਾ, ਤੁਹਾਨੂੰ ਇਹ ਵੀ ਤੁਹਾਡਾ ਇਹ ਵੀ ਪਤਾ ਲੱਗ ਜਾਂਦਾ ਕਿ ਕਿੰਨੀ ਕੁ ਲਾਈਟ ਸ਼ੇਡ ਦਾ ਇਹਨਾਂ ਨੂੰ ਪਤਾ ਹੈ। ਠੀਕ ਹੈ, ਇਸ ਲਈ ਇਹ ਬੇਸਿਕ ਚੀਜ਼ ਆ, ਤਾਂ ਇਹਨੂੰ ਕਦੇ ਵੀ ਨਾ ਛੱਡਿਓ, ਥੋੜ੍ਹੇ ਥੋੜ੍ਹੇ ਟਾਈਮ ਬਾਅਦ ਕਰਦੇ ਰਿਹਾ ਕਰੋ। ਠੀਕ ਹੈ, ਪੋਰਟਰੇਟ ਕਰਨਾ ਸਭ ਚੀਜ਼ਾਂ ਇਹਦੇ ਵਿੱਚੋਂ ਹੀ ਨਿਕਲ ਜਾਂਦੀਆਂ, ਜੇ ਤੁਹਾਡੀ ਤੁਸੀਂ ਹਰ ਸ਼ੇਪ ਬਣਾਉਣ ਲੱਗ ਗਏ, ਹਰ ਤਰ੍ਹਾਂ ਦੀ ਸ਼ੇਪ ਬਣਾਉਣ ਲੱਗ ਗਏ, ਹਰ ਤਰ੍ਹਾਂ ਦੀ ਸਟਿਲਲਾਈਫ ਬਣਾਈ ਹੋਊਗੀ, ਤਾਂ ਪੋਰਟਰੇਟ ਵੀ ਬਹੁਤ ਵੱਡੀ ਗੱਲ ਨਹੀਂ ਹੈਗੀ ਤੁਹਾਡੇ ਲਈ। ਠੀਕ ਹੈ, ਪੋਰਟਰੇਟ ਦੇ ਲਈ ਇੱਕ ਹੱਥ ਹੀ ਖੋਲ੍ਹਣਾ ਹੋ, ਤੁਸੀਂ ਬਣਾ ਕੇ ਦੇਖਣਾ ਹੋਊਗਾ, ਬਣ ਜੂਗਾ। ਠੀਕ ਹੈ ਗਾਈਸ, ਤਾਂ ਅਗਲੀ ਵੀਡੀਓ 'ਚ ਮਿਲਦੇ ਕੁਛ ਨਵਾਂ ਲੈ ਕੇ। ਠੀਕ ਹੈ, ਓਕੇ, ਬਾਏ, ਠੀਕ ਹੈ, ਸਤਿ ਸ਼੍ਰੀ ਅਕਾਲ, ਬਾਏ ਬਾਏ।